ਏ ਆਕਾਸ਼वाणी ਜੰਮੂ ਹੈ ਨਰੇਸ਼ ਕੁਮਾਰ ਸ਼ਰਮਾ ਕੋਲੋਂ ਖ਼ਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਜੇ ਵਿਕਾਸਸ਼ੀਲ ਮੁਲਕ ਇੱਕ ਨਿਆ ਵੈਸ਼ਵੀਕਰਨ ਚਾਹੁੰਦੇ ਹਨ ਜਿਹੜਾ ਪਰਿਆਵਰਣ ਜਾਂ ਦੁਆਰ ਕਰਜੇ ਵਾਲਾ ਸੰਕਟ ਪੈਦਾ ਨਹੀਂ ਕਰੇ ਸਗਵਾ ਸਮੂਲਚੇ ਮਨੁੱਖਤਾ ਅਸਤ ਖੁਸ਼ਹਾਲੀ ਤੇ ਭਲਾਈ ਬਿਹਤਰੀਆ ਨਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਜੇ ਜੰਮੂ ਖੇਤਾਂ ਮਾ ਆਤੰਗਵਾਦ ਖਤਮ ਕਰਨ ਲਈ 360 ਡਿਗਰੀ ਦਾ ਤੰਤਰ ਬਣਾਇਆ ਜਾਗ। ਰੱਖਿਆ ਮੰਤਰੀ ਹੋਰ ਅੱਜ ਡੇਰਾ ਦੂਨ ਚ ਸਤਵੇਂ ਹਥਿਆਰਬੰਦ ਬ੍ਰਿਸ਼ਟ ਸੈਨਿਕ ਦਿਵਸ ਸਮਾਰੋਹ ਦੀ ਪ੍ਰਧਾਨਤਾ ਕਰਨਗਣ। ਰਾਜ ਆਪਦਾ ਪ੍ਰਬੰਧਨ ਪ੍ਰਾਧਿਕਰਣਾ ਸਹਿ ਜੰਮੂ ਕਸ਼ਮੀਰ ਦੇ ਦਸੇ ਜ਼ਿਲ੍ਹੇ ਚ ਬਰਫੂ ਦੇ ਲਾਸ ਪਾਉਣੇ ਦੇ ਚੇਤਾਵਨੀ ਜਾਰੀ ਕੀਤੀ ਗਈ ਹੈ। ਹੁਣ ਤੋਂ ਸਪੋਰੀਆਂ ਖਬਰਾਂ ਜ਼ੋਨੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਵਿਕਾਸਸ਼ੀਲ ਮੁਲਕ ਇੱਕ ਨਿਆ ਵੈਸ਼ਵੀਕਰਨ ਚਾਹੰਦਨ ਜਿਹੜਾ ਪਰਿਆਵਰਣ ਜਾਨਵਾਰ ਕਰਜਿਆਲਾ ਸੰਕਟ ਪੈਦਾ ਨਹੀਂ ਕਰੇ ਸਗਵਾ ਸਮੂਲਚੀ ਮਨੁੱਖਤਾ ਆਸਤੇ ਖੁਸ਼ਹਾਲੀ ਤੇ ਭਲਾਈ ਬਿਹਤਰੀ ਆਨਾ ਪ੍ਰਧਾਨ ਮੰਤਰੀ ਔਰ ਕਲ ਵਾਈਸ ਆਫ ਗਲੋਬਲ ਸਾਊਥ ਨਾਂ ਦੇ ਸਮੇਲਨ ਦੇ ਸਮਾਪਨ ਸਮਾਰੋਗੀ ਵਰਚੁਅਲ ਤਰੀਕੇ ਰਾਹੀਂ ਸੰਬੋਧਿਤ ਕਰਾ ਕਰਦੇ ਹੈ ਉਹਨੇ ਆਖਿਆ ਜੇ ਦਾਂਉ ਦੇ ਇਸ ਸਮੇਲਨ ਚ ਬਈਏ ਸ਼ਾਬੀ ਮਤੇ ਵਿਕਾਸਸ਼ੀਲ ਮੁਲਕੇ ਇਸਾ ਲੇਤਾ ਹੈ ਤੇ ਇਹ ਅਜੇ ਤੋੜੀ ਦਾ ਗਲੋਬਲ ਸਾਊਥ ਦਾ ਸਭਨੇਥਵਾ ਵੱਡਾ ਵਰਚੁਅਲ ਇਕਠਾ ਹ ਉਹਨੇ ਆਖਿਆ ਜੇ ਭਾਰਤ ਦੇ G20 ਅਧਿਖਸ਼ਤਾ ਦੌਰਾਨ ਗਲੋਬਲ ਸਾਊਥ ਦੇ ਵਿਚਾਰਾਂ ਨੂੰ ਉਜਾਗਰ ਕੀਤਾ ਜਾਗ ਪ੍ਰਧਾਨ ਮੰਤਰੀ ਹੋਰੇ ਨੇ ਕੋਸ਼ਨਾ ਕੀਤੀ ਜੇ ਭਾਰਤ ਆਸਿਆ ਗਲੋਬਲ ਸਾਊਥ ਤੇ ਉਤਕ੍ਰਿਸ਼ਟਤਾ ਕੇਂਦਰ ਦੀ ਸਥਾਪਨਾ ਕੀਤੀ ਜਾਗ ਉਹਨੇ ਆਖਿਆ ਜੇ ਕੋਵਿਡ ਮਹਾਮਾਰੀ ਦੌਰਾਨ ਭਾਰਤ ਨੇ ਇੱਥੇ ਬਣੀ ਦੀ ਵੈਕਸੀਨ ਸਾਉਤਾਮਬੀ ਮਤੇ ਮੁਲਕੇਂਗੀ ਉਪਲਬਧ ਕਰਵਾਈ ਹੈ ਪ੍ਰਧਾਨ ਮੰਤਰੀ ਹੋਰੇ ਇਸ ਮੌਕੇ ਨਮੇ ਆਰੋਗ્ય ਮੈਤਰੀ ਪ੍ਰੋਜੈਕਟ ਦੀ ਵੀ ਕੋਸ਼ਨਾ ਕੀਤੀ ਕਰੇ ਮਕਾਨੇ ਤੇ ਸ਼ਹਿਰੀ ਮਾਮਲੇ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਹੋਰੇ ਕ ਲੱਖ ਜੇ ਪ੍ਰਧਾਨ ਮੰਤਰੀ ਸੋਨੀਤੀ ਸਕੀਮ ਤਹਿਤ ਤਕਰੀਬਨ 45 ਲੱਖ ਲਾਭਾਰਥੀਆਂ ਦੀ 4.606 ਕਰੋੜ ਰੁਪਏ ਦੇ ਦੁਹਾਰ ਤਕਸੀਮ ਕੀਤੇ ਗਏ 12ਵੇਂ ਰਾਸ਼ਟਰੀ ਸਟਰੀਟ ਫੂਡ ਫੈਸਟੀਵਲ ਦਾ ਉਦਘਾਟਨ ਕਰਦੇ ਹੋਏ ਮੰਤਰੀ ਹੋਰੇ ਨੇ ਦੱਸਿਆ ਜੇ ਇਸ ਸਕੀਮੇ ਬਾਰੇ ਮੁਲਖ ਪਰ ਚ ਫੜੀ ਵਿਕ੍ਰੈਂਤਾਏ ਥਮਾ ਬੜਾ ਮਤਾ ਖਰਾ ਪਰਤਾ ਅਸਲ ਆਇਆ ਤੇ ਇਹ ਸਕੀਮ ਭਲਿਆਂ ਲੋਕੇ ਦੁਹਾਰੇ ਅਲੀ ਸਬਨੇ ਸ਼ਾ ਤੇਜੀ ਕੰਨ ਬਦਨੇ ਅਲੀ ਸਕੀਮ ਬਣੀ ਗਈ ਹੈ ਹੁਣ ਆਖਿਆ ਜੇ ਡਿਜੀਟਲ ਇੰਡੀਆ ਵਿਜਨ ਕੰਨ ਮੇਲ ਖਾਣਿਆਲੀ ਪਰਧਾਨ ਮੰਤਰੀ ਸੋਨੀਦੀ ਸਕੀਮ ਕੰਨਾ ਫੜੀ ਵਿਕਰੇਤਾਏਗੀ ਡਿਜੀਟਲ ਲੈਣ ਦੇਣ ਆਸਤੇ ਮੰਚ ਵੀ ਉਪਲਬਧ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਆਖਿਆ ਜੇ ਨਵੇਂ ਵਿਸ਼ਵਿਕ ਬਾਤਾਬਾਰਨ ਕੰਨਾ ਡਿਜੀਟਾਈਜੇਸ਼ਨ ਊਰਜਾ ਸਿਹਤ ਤੇ ਖੇਤੀ ਜਨੇ ਸੈਕਟਰ ਇੰਚ ਨਵੇਂ ਮੌਕੇ ਉਪਲਬਧ ਹੋ ਕਰ ਦੇਣ ਸ਼੍ਰੀ ਮੋਦੀਓ ਨੇ ਆਖਿਆ ਜੇ ਇਹਨੇ ਮੌਕੇ ਥਾਵਾ ਫਾਇਦਾ ਠੋਣੇ ਆਸਤੇ ਸਾਰਵਜਨਿਕ ਤੇ ਨਿਜੀ ਸੈਕਟਰ ਇੰਗੀ ਆਪਾਂ ਚੇ ਤਾਲਮੇਲ ਬਧਾਣੇ ਦੀ ਲੋੜ ਹੈ ਪ੍ਰਧਾਨ ਮੰਤਰੀ ਹੋਰ ਕੱਲ ਨਵੀਂ ਦਿੱਲੀ ਚ ਨੀਤੀ ਆਯੋਗ ਬਾਰੇ ਅਰਥ ਸ਼ਾਸਤਰੀਆਂ ਕੰਨਾਂ ਇੱਕ ਬੈਠਕ 'ਚ ਬੋਲਾ ਕਰਦੇ ਹੋਏ ਪ੍ਰਧਾਨ ਮੰਤਰੀ ਹੋਰੇ ਇੰਡੀਆ ਡਿਜੀਟਲ ਗਾਥਾ ਮੁਲਖ 'ਚ ਫਿਨ ਟੈਕ ਦੀ ਤੇਜ਼ੀ ਕੰਨ ਅਪਣਾਣੇ ਤੇ ਇਹਦੀ ਸਮਗਰ ਵਿਕਾਸ ਦੀ ਸਮਰਥ ਦੀ ਸਰਾਹਨਾ ਕੀਤੀ ਉਹਨੇ ਭਾਰਤ ਦੀ ਤਰੱਕੀ 'ਚ ਨਾਰੀ ਸ਼ਕਤੀ ਦੇ ਯੋਗਦਾਨ ਉੱਪਰ ਲੋਪ ਆਈ ਤੇ ਕੰਮੇ ਦੇ ਵੱਖ-ਵੱਖ ਖੇਤਰਾਂ 'ਚ ਮਹਿਲਾਵਾਂ ਦੀ ਭਾਗੀਦਾਰੀ ਹੋਰ ਵਧਾਣੇ ਦੇ ਯਤਨ ਜਾਰੀ ਰੱਖਣ ਦਾ ਆਹਵਾਨ ਕੀਤਾ ਪ੍ਰਧਾਨ ਮੰਤਰੀ ਹੋਰੇ ਇਸਲਾ ਚਲਾ ਕਰਦੇ ਅੰਤਰਰਾਸ਼ਟਰੀ ਬਾਜਰਾ ਵਰਸ਼ ਦੌਰਾਨ ਵਾਜਰੇ ਕੀ ਬੜਾਵਾਦਿਆ ਨੇ ਦੀ ਜ਼ਰੂਰਤ ਵੀ ਦਸੀ ਤਾਂ ਜੇ ਗ੍ਰਾਮੀਣ ਤੇ ਖੇਤੀ ਸੈਕਟਰ ਕੀ ਮਜ਼ਬੂਤੀ ਹੋਈ ਸਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਲ ਆਖਿਆ ਜੇ ਜੰਮੂ ਖੇਤੇ ਥਾ ਮਾ ਅਤੰਗਵਾਦ ਕੀ ਖਤਮ ਕਰਨਾਸਤੇ ਹੈ 360 ਡਿਗਰੀ ਵਾਲਾ ਤੰਤਰ ਬਣਾਇਆ ਜਾਗ ਉਹਨੇ ਦੱਸਿਆ ਜੇ ਰਾਜੌਰੀ ਅਤਿਆਕਾਂਡ ਵਾਲੇ ਮਾਮਲੇ ਦੀ ਜਾਂਚਾਸਤੇ ਰਾਸ਼ਟਰੀ ਜਾਂਚ ਏਜੰਸੀ ਕੀ ਇਨ ਸੌਂਪੀ ਦਿੱਤਾ ਗਿਆ ਹੈ ਉਨੇ ਆਖਿਆ ਜੇ ਪਿਛਲੇ ਡੇਢ ਬਰਿਆਂ ਦੌਰਾਨ ਇਸ ਖੇਤੇ ਚ ਹੋਈਦੀਆਂ ਸਭ ਨੇ ਆਤੰਗਵਾਦੀ ਗਤੀਵਿਧੀਆਂ ਦੀ ਜਾਂਚ ਦਾ ਕੰਮ ਰਾਸ਼ਟਰੀ ਜਾਂਚ ਏਜੰਸੀ ਕੀ ਸੌਂਪਿਆ ਗਿਆ ਹੈ। ਗ੍ਰਹਿ ਮੰਤਰੀ ਹੋਰੇ ਰਾਜਪਾਲ ਜੰਮੂ ਚ ਉੱਚੀ ਸਦਾ ਦੀ ਸੁਰੱਖਿਆ ਜਾਇਜ਼ਾ ਬੈਠਕ ਮਗਰਾ ਮੀਡੀਆ ਅਲੰਗੀ ਸੰਬੋਧਿਤ ਕਰਾ ਕਰਦੇ ਹੈ। ਉਨੇ ਦੱਸਿਆ ਜੇ ਬੈਠਕ ਚ ਲਾਤੇ ਗਏ ਦੇ ਇੱਕ ਦੂਵੇ ਫੈਸਲੇ ਤਹਿਤ ਜੰਮੂ ਖੇਤੇ ਚ ਸੁਰੱਖਿਆਲੇ ਤੰਤਰ ਕੀ ਤਰ੍ਹਾਂ ਮਹੀਨੇ ਦੇ ਸਮੇਂ ਬੱਧ ਤਰੀਕੇ ਕਨ ਮਜ਼ਬੂਤ ਕੀਤਾ ਜਾਗਰ। ਗ੍ਰਹਿ ਮੰਤਰੀ ਹੋਰੇ ਅੱਗੇ ਆਖਿਆ ਜੇ ਜੰਮੂ ਚ ਸੁਰੱਖਿਆ ਏਜੰਸੀਆਂ ਚੌਕਸ ਨ ਤੇ आतंकवाद ਇਹਦੇ ਕੰਨਾ ਜੁੜੇ ਦੇ ਮਾਹੌਲ ওভার ਗਰਾਉਂਡ ਵਰਕ ਨੇ ਦੇ ਨੈਟਵਰਕ ਕਿ आतंकवाद ਦੀ ਕੁਸਾ ਵੀ ਤਰੀਕੇ ਕੰਨਾ ਮਦਦ ਮਦਦ ਕਰਨ ਵਾਲੇ ਦਾ ਸਫਾਇਆ ਕਰਨੇ ਤਾਂ ਹੀ ਵਚਨ ਬਦਨਾ ਅਲਪ ਸੰਖਿਆ ਕੇ ਦੀਆਂ ਅਤਿ ਹੈ ਬਾਰੇ ਪੁੱਛੇ ਕਿ ਤੇ ਇੱਕ ਸਵਾਲ ਦੇ ਜਵਾਬ ਚ ਅਮਿਤ ਸ਼ਾਹਵਰੇ ਆਖਿਆ ਜੇ ਸੁਰੱਖਿਆ ਬਲ ਆਤੰਗਬਾਦੀਆਂ ਦੇ ਆਰ ਮਨਸੂਬੇ ਦਾ ਬਣਕਦਾ ਜਵਾਬ ਦਿਆ ਕਰਦੇ ਹਨ ਉਨੇ ਜੰਮੂ ਕਸ਼ਮੀਰ ਦੇ ਲੋਕਾਂ ਕੀ ਭਰੋਸਾ ਦਵਾਇਆ ਜੇ ਸੁਰੱਖਿਆ ਬਲ ਆਤੰਗਵਾਦੀਆਂ ਦੇ ਸੱਭਨੇ ਮਨਸੂਬੇਂ ਕੀ ناکਾਮ ਬਣਾਇ ਦਿੰਗਣ। ਉਹਨੇ ਆਖਿਆ ਜੇ ਜੰਮੂ ਕਸ਼ਮੀਰ ਦੇ ਉਪਰ ਰਾਜਪਾਲ ਹੋਰੇ ਅਲਪ ਸੰਖਕ ਤਬਕੇ ਦੇ ਲੋਕਾਂ ਦੀ ਹਿਫਾਜ਼ਤ ਦਾ ਨੇਕਾਂ ਗਈ ਪੁਟੀਆਂ ਕਿ ਜੇ ਉਹਨੇ ਕੀ ਇੰਹਾਂ ਕਰ ਰਹੇ ਨੇ ਅਖਤਿਆਰ ਅਸਲ ਨਾ। ਗ੍ਰਹਿ ਮੰਤਰੀਓ ਨੇ ਆਖਿਆ ਜੇ ਜੇਕਰ ਆંકੜੇਂ ਕੀ ਦਿਖਿਆ ਜਾਤਾ ਪਿਛਲੇ ਕਿਛ ਬਰੰ ਦੇ ਮੁਕਾਬਲੇ ਚ ਓਨ ਅਲਪ ਸੰਖਕੇਂ ਦੀਆਂ ਅਧਿਆਨ ਚ ਬੜੀ ਮਤੀ ਕਮੀ ਆਈ ਹੈ। ਰਾਸ਼ਟਰੀ ਸਟਾਰਟਅਪਸ ਪੁਰਸਕਾਰਿੰਦੀ ਸੋਮਵਾਰ ਨੂੰ ਘੋਸ਼ਣਾ ਕੀਤੀ ਜਾਗ ਹੈ ਇੰਦੀ ਘੋਸ਼ਣਾ ਬਨਜਤੇ ਉਦਯੋਗ ਦੇ ਕੇਂਦਰੀ ਮੰਤਰੀ ਪਿਯੋਸ਼ ਗੋਇਲ ਹੋਰ ਕਰਗਣ ਇਹ ਪੁਰਸਕਾਰ ਬਿਹਤਰੀਨ ਕਾਰਗਰਦਗੀ ਆਸਤਾ ਸਟਾਰਟਅਪਸ ਤੇ ਉਹਦੇ ਸਹਾਇਕਿਆਂ ਕੀ ਦਿੱਤੇ ਜਾਣਗਣ ਮੰਤਰਾਲੇ ਨੇ ਦੱਸਿਆ ਜੇ ਮੁਲਖਿਆ ਦੇ ਪਹਾੜੀ ਤੇ ਉੱਤਰ ਪੂਰਬੀ ਖਿੱਤੇ ਚ ਸਟਾਰਟਅਪਸ ਗੀਏ ਬੜਾਵਾ ਦੇਣੇ ਆਸਤਾ ਇੱਕ ਵਿਸ਼ੇਸ਼ ਪੁਰਸਕਾਰ ਸ਼੍ਰੇਣੀ ਆਰੰਭ ਕੀਤੀ ਗਈ ਹੈ ਜਿਤਨੇ ਵਾਲੇ ਸਟਾਰਟਅਪਸ ਗੀਏ 5-5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਗ ਸੜਕ ਸੁਰੱਖਿਆ ਹਫਤੇ ਦੇ ਸਿਲਸਿਲੇ 'ਚ ਕੱਲ ਵਿਜੇਪੁਰਤ ਸਾਮਵਾਚਰ ਡਰਾਈਵਰਾਂ ਤੇ ਕਲੀਨਰਾਂ ਆਸਤੇ ਇੱਕ ਜਾਗਰੂਕਤਾ ਅਭਿਆਨ ਚਲਾਇਆ ਗਿਆ ਅਭਿਆਨ ਦੀ ਸ਼ੁਰੂਆਤ ਜ਼ਿਲ੍ਹੇ 'ਚ ਸਭਨੇ ਮਸਾਫਰ ਗੱਡੀਆਂ ਦੀ ਸਾਫ ਸਫਾਈ ਕਰਨਾ ਕੀਤੀ ਗਈ ਸੁਰੱਖਿਆ ਨਿਯਮਾਂ ਦੀ ਪਾਲਣਾ 'ਤੇ ਜ਼ੋਰ ਪੰਦੀ ਹੋਈ ਆਰਟੀਓ ਸਾਮਵਾਦੇ ਅਮਲੇ ਨੇ ਡਰਾਈਵਰਾਂ ਨੂੰ ਸੀਟ ਬੈਲਟ ਪਾਣੇ ਗੱਡੀਆਂ ਚਲਾਉਂਦੇ ਵੇਲੇ ਮੋਬਾਈਲ ਦਾ ਇਸਤੇਮਾਲ ਨਹੀਂ ਕਰਨੇ ਤੇ ਨਸ਼ੇ ਤਮਾ ਦੂਰ ਰਹਿਣੇ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਅਧਿਕਾਰੀਆਂ ਪਾਸੇ ਸੜਕ ਸੁਰੱਖਿਆ ਬਾਰੇ ਇਸ਼ਤਿਹਾਰ ਵੀ ਤਕਸੀਮ ਕੀਤੇ ਗਏ ਤੇ ਗੱਡੀਆਂ ਪਰ ਸਟicker ਲਾਏ ਗਏ ਸਮਾਰੋਹ ਚ ਸੰਬਾਦੀਆਂ ਏਆਰਟੀਓ ਰਹਿਣਾ ਤਬਸਮ ਤੇ ਟਰਾਂਸਪੋਰਟ ਸੰਗਠਨ ਦੇ ਨੁਮਾਇੰਦੇ ਵੀ ਮੌਜੂਦ ਹੈ ਇਹ ਖਬਰਾਂ ਤੋਂ ਸਕਾਸ਼ਮਾਨੀ ਜੰਮੂ ਥਾਮਾ ਸੁਣਾ ਕਰਦੇ ਹੋ ਰੱਖਿਆ ਮੰਤਰੀ ਰਾਣਨਾਥ ਸਿੰਘ ਹੋਰ ਅੱਜ ਦੇਰਾਦੂਨ ਚ 7ਵੇਂ ਹਥਿਆਰਬੰਦ ਬਲ ਬ੍ਰਿਸ਼ਟ ਸੈਨਿਕ ਦਿਵਸ ਸਮਾਰੋਹ ਕੀ ਸੰਬੋਧਿਤ ਕਰਨ ਉਹ ਦੇਰਾਦੂਨ ਥਾਣਾ ਨੀਤੀ ਘਾਟੀ ਚ ਸਥਿਤ ਗਮਸ਼ਾਲੀ ਤੋੜੀ ਇੱਕ ਕਾਰ ਰੈਲੀ ਰੈਲੀ ਦੀ ਵੀ ਛੰਡੀ ਦਸਿਆ ਰਵਾਨਾ ਕਰਨ ਰੱਖਿਆ ਮੰਤਰੀ ਹੋਰ ਹਥਿਆਰਬੰਦ ਬਲੇ ਦੇ ਸਰਬੋੱਚ ਬਲੀਦਾਨ ਦੀ ਸ਼ਰਧਾਂਜਲੀ ਦਿੰਦੇ ਹੋਈ ਇੱਕ ਸ਼ੋਹਰੇ ਸਥਲ ਵੀ ਸਮਰਪਿਤ ਕਰਨ ਸਾਡੇ ਸੰਵਾਦਾਤਨ ਨੇ ਦੱਸਿਆ ਜੇ ਇਸ ਵਾਰ ਮੁੱਖਤਿਆਂ ਨਵੇਂ ਥਾਰਿਆਂ ਪਰ ਇਸ ਚਾਲੀ ਦੇ ਕਾਰਜਕ੍ਰਮ ਕਰਾਇਆ ਜਾ ਕਰ ਦੇਣ ਮੁਲਖ ਪਰ ਅੱਜ ਅੱਜ ਮਕਰ ਸੰਕ੍ਰਾਂਤੀ ਦਾ ਤਿਹਾੜ ਮਨਾਇਆ ਜਾ ਕਰਦਾ ਹੈ ਇਹ ਤਿਹਾੜਾ ਸੂਰਜ ਦੇ ਭਗਵਾਨ ਕੀ ਸਮਰਪਿਤਤਾ ਹੈ ਮੰਨਤਾ ਜੇ ਅਜਾ ਥਮਾ ਸੂਰੇ ਦੀ ਉਤਰਾਇਣ ਦੀ ਚਾਲ ਸ਼ੁਰੂ ਹੁੰਦੀ ਹੈ ਉਤਰਾਇਣ ਸ਼ੁਰੂ ਹੋਣੇ ਪਰ ਸੀਤ ਦਾ ਪ੍ਰਕੋਪ ਵੀ ਘਟਣਾ ਲੱਗੀ ਪਉਂਦਾ ਹੈ ਮੂਲਖਿਆ ਚ ਇਸ ਤਿਆਰੇ ਕੀ ਵਖ ਵਖ ਨਾਇਕਾ ਨਾ ਮਨਾਇਆ ਜਾਂਦਾ ਹੈ ਕਰਨਾਟਕ ਚ ਇਸ ਪੋਂਗਲ ਦੇ ਰੂਪ ਵਿੱਚ ਪੰਜਾਬ ਚ ਲੋਹੜੀ ਦੇ ਰੂਪ ਵਿੱਚ ਤੇ ਮੂਲਖਿਆ ਦੇ ਕਿਛ ਦੂਵੇਂ ਇਸ ਇੰਚ ਇਸ ਤਿਆਰੇ ਕੀ ਉਤਰਾਇਣ ਮਾਗੀ ਤੇ ਖਿਚੜੀ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਡੋਡਾ ਜ਼ਿਲ੍ਹਾ ਇਂਤਜ਼ਾਮੀਆਂ ਪਾਸੇ ਕੱਲ ਅਦਭੁਤ ਡੋਡਾ ਪਹਿਲ ਕਦਮੀ ਤਹਿਤ ਲੋਕਾਂ ਦੇ ਮਸਲੇ ਸੁਣਨ ਵਾਸਤੇ ਆਪਣੀ ਕਿਸਮ ਦੇ ਪਹਿਲੇ ਆਨਲਾਈਨ ਮੰਚ ਡੀਸੀ ਆਨਲਾਈਨ ਦੀ ਸ਼ੁਰੂਆਤ ਕੀਤੀ ਗਈ ਡੋਡਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ਪਾਲ ਮਾਜਨੋਰੇ ਇਸ ਮੌਕੇ ਲੋਕਾਂ ਦੇ ਮਸਲੇ ਸੁਣੇ ਇਸ ਪਹਿਲ ਕਦਮੀ ਦਾ ਮਕਸਦ ਲੋਕਾਂ ਦੀ ਮਿਆਰੀ ਸੇਵਾ ਤੌਲੇ ਤੇ ਪਾਰਦਰਸ਼ੀ ਤਰੀਕੇ ਕੰਮ ਹੋਇਆ ਘਰ ਆਇਆ ਇਸ ਦੇ ਲਾਬਾ ਇਸ ਪਹਿਲ ਕਦਮੀ ਦਾ ਲਕਸ਼ ਪ੍ਰਸ਼ਾਸਨ ਦੇ ਦੂਰ ਦਰਾਜ ਇਲਾਕਿਆਂ ਦੇ ਲੋਕਾਂ ਦੀਆਂ ਪੂਜਾਣਾ ਵੀ ਆਇਆ ਡਿਪਟੀ ਕਮਿਸ਼ਨਰ ਹੋਰ ਇਸ ਮੌਕੇ ਮਤਲਕਾ ਅਧਿਕਾਰੀਆਂ ਨੇ ਲੋਕਾਂ ਦੇ ਮਸਲੇ ਸਮੇਂਬੱਧ ਤਰੀਕੇ ਨਾਲ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਲੋਕ ਆਸਾ ਜ਼ਿਲ੍ਹਾ ਇੰਤਜ਼ਾਮੀਆਂ ਦੀ ਇਸ ਪਹਿਲ ਕਦਮੀ ਦੀ ਸਰਾਨਾ ਕੀਤੀ ਗਈ ਹੈ ਜੰਮੂ ਕਸ਼ਮੀਰ ਚ ਉਹਨੇ ਦਸੇ ਜ਼ਿਲ੍ਹੇ ਚ ਬਰਫੂ ਦੇ ਤੋਦੇ ਡਿਗਨੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਪਿਛਲੇ 48 ਘੰਟਿਆਂ ਦੌਰਾਨ ਮੱਧਮ ਤੋਂ ਭਾਰੀ ਬਰਫਬਾਰੀ ਹੋਈ ਹੈ। ਰਾਜ ਆਪਦਾ ਪ੍ਰਬੰਧਨ ਅਥਾਰਟੀ ਨੇ ਵਾਂਡੀਪੋਰਾ ਅਤੇ ਕੁਪੋੜਾ ਜ਼ਿਲ੍ਹੇ ਆਸਤੇ ਬੜੇ ਵੱਡੇ ਖਤਰੇ ਤੇ ਬਾਰਾ ਮੋਹਲਾ ਤੇ ਗਾਂਦਰਬਲ ਜ਼ਿਲ੍ਹੇ ਆਸਤੇ ਮੱਧਮ ਖਤਰੇ ਦੀ ਚੇਤਾਵਨੀ ਜਾਰੀ ਕੀਤੀ ਹੈ ਅਗਲੇ 24 ਘੰਟੇ ਦੌਰਾਨ ਬਾਂਡੀਪੋਰਾ ਤੇ ਕੁਪਵਾੜਾ ਜ਼ਿਲ੍ਹੇ ਚ ਸਮੁੰਦਰੀ ਸਤਹ ਤੋਂ 2000 ਫੁੱਟ ਦੀ ਉਚਾਈ ਵਾਲੀਆਂ ਥਾਰੇ ਤੋਦੇ ਪਾਉਣੇ ਦੀ ਸ਼ੰਕਾ ਹੈ ਇਹਦੇ ਇਲਾਵਾ ਅਨੰਤਨਾਗ ਡੋਡਾ ਕਸ਼ਤਵਾਰ ਕੁਲਗਾਮ ਪਹੁੰਚਤੇ ਰਾਂਬਨ ਜ਼ਿਲ੍ਹੇ ਚ ਵੀ ਸਮੁੰਦਰੀ ਸਤਹ ਤੋਂ 2000 ਫੁੱਟ ਉੱਚੀਆਂ ਥਾਰੇ ਬਰਫੂਦੇ ਲਾਜ਼ ਪਾਉਣੇ ਦਾ ਖਤਰਾ ਦੱਸਿਆ ਗਿਆ ਹੈ ਇਹਨੇ ਇਲਾਕੇ ਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣੇ ਤੇ ਖਤਰੇ ਵਾਲੇ ਇਲਾਕੇ ਥਮਾ ਦੂਰ ਰਾਵਣੇ ਦੀ ਸਲਾਹ ਦਿੱਤੀ ਗਈ ਹੈ ਜੰਮੂ ਸ਼ੇਰ ਨਗਰ ਰਾਸ਼ਟਰੀ ਜਰਨਲਿਸਟ ਸੜਕ ਅੱਜ ਲਗਾਤਾਰ ਦੂਹਾ ਤਿਆੜਾ ਵੀ ਗੱਡੀਆਂ ਦੀ ਆਉ ਜਾ ਲਈ ਬੰਦ ਹੈ ਸਾਡੇ ਰਾਮਬਨਾਲੇ ਜ਼ਿਲ੍ਹਾ ਸੰਬਾਧਤਾ ਰਵਿੰਦਰ ਕਿਚਲੂਨ ਦੇ ਮੁਜਬ ਕੱਲ ਬੜਲੇ ਸਵੇਲਾ ਥਮਾ ਨਵਜੁਗ ਤੇ ਯਵਹਰ சுரੰਗ ਦੇ ਆਲਾ ਦਵਾਲਾ ਬਰਬਰੀ ਹੋਣੇ ਤੇ ਤਲੈਟ ਕਾਰਨ ਸੜਕਾਂ ਪਰ ਆਮਦੋ ਰਫਤ ਬੰਦ ਹੈ ਰਾਮਬਨ ਦੀ ਐਸਐਸਪੀ ਮੋਹਿਤਾ ਸ਼ਰਮਾ ਦੇ ਮੁਤਾਬਕ ਜਰਨਲਿਸਟ ਸੜਕਾਂ ਕੀ ਗੱਡੀਆਂ ਦੀ ਆਉ ਜਾਈ ਆਸਤੇ ਚਾਲੂ ਕਰਨ ਦੇ ਯਤਨ ਕੀਤੇ ਜਾ ਕਰਦੇ ਹਨ ਅਖੀਰ ਵਿੱਚ ਮੁੱਖ ਮੁਖ ਸਵਾਂਚਾਰਿਕ ਵਾਰੀ ਪਰਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਜੇ ਵਿਕਾਸਸ਼ੀਲ ਮੋਲਕ ਇੱਕ ਨਵਾਂ વૈਸ਼ਵਿਕਕਰਨ ਚਾਹੁੰਦੇ ਹਨ ਜਿਹੜਾ ਪਰਿਆਵਰਣ ਜਾਂ ਦੁਆਰ ਕਰਜੇ ਵਾਲਾ ਸੰਕਟ ਪੈਦਾ ਨਹੀਂ ਕਰਿਆ ਸਗੋਂ ਸਮੁੱਚੀ ਮਨੁੱਖਤਾ ਅਸਤੇ ਖੁਸ਼ਹਾਲੀ ਤੇ ਭਲਾਈ ਤੇ ਪਹੁੰਚਾਈ ਬਿਹਤਰੀ ਆਣਾ ਹੈ ਗ੍ਰਹਿ ਮੰਤਰੀ ਅਮਿਤ ਸ਼ੌਰ ਨੇ ਆਖਿਆ ਜੇ ਜੰਮੂ ਖਿੱਤੇ 'ਤਾਂ ਆਤੰਗਵਾਦ ਖਤਮ ਕਰਨ ਲਈ 360 ਡਿਗਰੀ ਦਾ ਤੰਤਰ ਬਣਾਇਆ ਜਾਗ ਰੱਖਿਆ ਮੰਤਰੀ ਹੋਰ ਅੱਜ ਦੇਰਾਂ ਦੂਨ ਚ ਸਤਵੇਂ ਹਰਬੰਦ ਵਿਰਸ਼ਟ ਸੈਨਿਕ ਦੇਵਸ ਸਮਾਰੋਹ ਦੀ ਪ੍ਰਧਾਨਤਾ ਕਰਨਗਣ ਤੇ ਰਜ ਆਪਦਾ ਪ੍ਰਬੰਧਨ ਪ੍ਰਾਧਿਕਰਨ ਅਸਿਆ ਜੰਮੂ ਕਸ਼ਮੀਰ ਦੇ ਦਸੇ ਜ਼ਿਲ੍ਹੇ ਚ ਬਰਫੂਦੇ ਲਾਜ਼ ਪਾਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਹਦੇ ਕੰਨ ਗਿਆ ਖਬਰਾਂ ਦਾ ਇਹ ਬੁਲੇਟਿਨ ਸਮਾਪਤਵਾ